ਓਲਿਆ ਸਰਦਾਰ ਜੀ ਉਹ ਨਹੀਂ ਦਿੰਦਾ ਜੀ ਕਿਉਂ ਪਹਿਲਾਂ ਵਾਲੇ ਪੈਸੇ ਤਾਂ ਦਿੱਤੇ ਨਹੀਂ ਜੀ ਉਹ ਪੈਸੇ ਸਾਲਿਆ ਭੱਜੇ ਜਾਂਦੇ ਆ ਉਹ ਭਰਾਵਾ ਮੈਨੂੰ ਪਤਾ ਸਾਲੋ ਤੁਸੀਂ ਨਕਲੀ ਦਾਰੂ ਵੇਚਦੇ ਹੋ ਆ ਤੁਹਾਡੀ ਟਿੰਡ ਬੋੜੀ ਦੀ ਚਗਾ ਦੇਣੀ ਆ ਮੈਂ ਉਹ ਜੱਟ ਦੀ ਸਿੱਧੀ ਗੱਲ ਆ ਮੁੱਖ ਮੰਤਰੀ ਨਾਲ ਜੇਲ ਕਰਾ ਦੂੰਗਾ ਦਾਰੂ ਦਾ ਮੈਂ ਜੇਲ ਕਰਾ ਦੂੰਗਾ ਤੁਹਾਨੂੰ ਠੀਕ ਹੈ ਪੁੱਤ ਕਰਦਾ ਮੈਂ ਤੁਹਾਡਾ ਬੰਦੋਬਸਤ ਸਾਲੇ ਤੈਨੂੰ ਦਾਰੂ ਤੋਂ ਮਨਾ ਕਰਦੇ ਹਾਂ ਔਂਤਰਾ ਖਸਮਾਂ ਨੂੰ ਖਾਣਾ ਨਹੀਂ ਖੱਤਾ ਰੋਟੀ ਨੂੰ ਕਵੇੜਾ ਹੋ ਗਿਆ ਹਜੇ ਤਾਂ ਹੀ ਨਹੀਂ ਆਇਆ ਚੱਲ ਮੈਨੂੰ ਕੀ ਮੈਂ ਇਹਦੀ ਰੋਟੀ ਏਦਾਂ ਹੀ ਬੰਨ ਕੇ ਰੱਖ ਦੇਣੀ ਹੈ ਆਪੇ ਆਊਗਾ ਖਾ ਮਰ ਲੂਗਾ ਸਾਲਾ ਜੱਟ ਨੂੰ ਮਨਾ ਕਰ ਦਿਆ ਦਾਰੂ ਦੇਣ ਤੋਂ ਸਾਲਾ ਠੇਕਾ ਖਰੀਦ ਲੂੰਗਾ ਤੇ ਜ਼ਮੀਨ ਵੇਚਣੀ ਸਮਝਦੇ ਪਤਾ ਨਹੀਂ ਕੀ ਹੈ ਆਪਣੇ ਆਪ ਨੂੰ ਆ ਗਦੇੜ ਕਿਤੋਂ ਤੁਰੀ ਫਿਰਦੀ ਆ ਰਾਤ ਨੂੰ ਸਾਈਡ ਤੇ ਹੋ ਜਾ ਵੱਡਾ ਬੇਲੀ ਤੁਰਿਆ ਆਉਂਦਾ ਓਏ ਹੈਗਾ ਮੈਂ ਬੇਲੀ ਤੈਨੂੰ ਮੱਥਾ ਲਾਉਣਾ ਲਾ ਕੇ ਦੇਖ ਲੈ ਜੱਟ ਨਾਲ ਸਾਰੇ ਗੱਲਾਂ ਬਿਜਲੀਆਂ ਕਿੱਥੇ ਮਰ ਗਈ ਹੈ ਉਹ ਭੁੱਖ ਲੱਗੀ ਆ ਰੋਟੀ ਲੈ ਗਿਆ ਉਹ ਵਿਛਣੀਆਂ ਤੁਸੀਂ ਪਈ ਆ ਵੇਖ ਸਾਰੇ ਕਿੱਦਾਂ ਸੁੱਤੇ ਪਏ ਰੋਟੀ ਲੈ ਗਿਆ ਹਾਏ ਰੱਬਾ ਜਾਂ ਤਾਂ ਇਹਨੂੰ ਕਿਸੇ ਖੁੰਝੇ ਲਾ ਦੇ ਜਾਂ ਮੈਨੂੰ ਮਾਰ ਦੇ ਵੇਖ ਕਿੱਦਾਂ ਨਾਟਕ ਕਰਦੀ ਹੈ ਪਖੰਡਣ ਦੀ ਰੱਖ ਤਾਂ ਤੂੰ ਜੰਮ ਨਹੀਂ ਜਾਂਦੇ ਹਾਂ ਮੈਂ ਕੱਲੀ ਨੇ ਜੰਮਣੇ ਨਿਆਣੇ ਨਾ ਤੇਰੇ 'ਚ ਵੀ ਤਾਂ ਕੋਈ ਨੁਸਖ ਹੋ ਸਕਦਾ ਹੈ ਜਵਾਨ ਲੜਾ ਨਹੀਂ ਹੈ ਸਾਲੀ ਹੈ ਆਪਣੇ ਖਸਮ ਨਾਲ ਦਵਾਗ ਨਹੀਂ ਇਹ ਗੱਲਾਂ ਕਿੱਦਾਂ ਕਰਦੀ ਹੈ ਲੈ ਅੱਜ ਲੱਗ ਗਿਆ ਹੀ ਫੇਰ ਮੇਲਾ ਉਹ ਵਿਛੜਿਆ ਸੌ ਜਾ ਯਾਰ ਤੂੰ ਤਾਂ ਮੇਰੀ ਵੀ ਪੀਤੀ ਲਾ ਦੇਂਗਾ ਇਹਦਾ ਰੋਜ਼ ਦੱਸਿਆ ਆਪਾਂ ਸੌਣ ਵੀ ਨਹੀਂ ਦਿੰਦਾ ਸਾਨੂੰ ਲੈ ਅਤੰਦਰ ਫੇਰ ਸ਼ੁਰੂ ਹੋ ਗਿਆ ਜੀ ਅੱਜ ਛੱਡ ਮੈਨੂੰ ਸੁਣਦੇ ਪਏ ਉਹ ਆਵਾਜ਼ ਜਾਨਵਰਾਂ ਵਾਂਗ ਕੁੱਟਦਾ ਪਿਆ ਵਿਸ਼ਨੀ ਨੂੰ ਮਰ ਜਾਣੇ ਨੂੰ ਸ਼ਰਮ ਵੀ ਨਹੀਂ ਆਉਂਦੀ ਬਸ ਮਾਰ ਲਾ ਹੋਰ ਮਾਰ ਲਾ ਦੱਸਦੀ ਮੈਂ ਹੁਣ ਜਾ ਕੇ ਭਾਜੀ ਨੂੰ ਬਿਛਨੇ ਨੂੰ ਸੁਨੇਹਾ ਲਾ ਦੇ ਕਈ ਸਵੇਰੇ ਘਰੇ ਰਹੇ ਕੋਈ ਜ਼ਰੂਰੀ ਗੱਲ ਕਰਨੀ ਆ ਠੀਕ ਹੈ ਜੀ